ਕਈ ਕਿਸਾਨਾਂ ਨੂੰ ਅਸੀਂ ਸੜਕਾਂ ਅਤੇ ਰੇਲਵੇ ਟਰੈਕਾਂ ਤੇ ਧਰਨੇ ਲਾਉਂਦੇ ਹੋਏ ਦੇਖਦੇ ਹਾਂ ਤੇ ਇੱਕ ਵਾਰ ਫਿਰ ਅੱਜ ਕਿਸਾਨ ਜਿਹੜੇ ਨੇ ਪੂਰੇ ਦੇਸ਼ ਭਰ ਦੇ ਵਿੱਚ ਵੱਖ ਵੱਖ ਸੂਬਿਆਂ ਦੇ ਵਿੱਚ ਰੇਲਵੇ ਟਰੈਕ ਦੇ ਉੱਤੇ ਬੈਠੇ ਹੋਏ ਨੇ ਤਾਂ 2 ਘੰਟੇ ਲਈ ਰੇਲਵੇ ਟਰੈਕ ਆ ਉਹ ਜਾਮ ਕੀਤਾ ਗਿਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਾਹਨੇਵਾਲ ਰੇਲਵੇ ਸਟੇਸ਼ਨ ਦੀਆਂ ਜਿੱਥੇ ਕਿਸਾਨਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ, ਨਾਲੇ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ। ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਾਹਨੇਵਾਲ ਰੇਲਵੇ ਸਟੇਸ਼ਨ ਤੋਂ, ਜਿੱਥੇ ਚਾਹੇ ਲਖੀਮਪੁਰ ਖੀਰੀ ਦਾ ਮਸਲਾ ਹੋਵੇ ਜਾਂ ਫਿਰ ਹੋਰ ਕਿਸਾਨਾਂ ਦੀਆਂ ਮੰਗਾਂ ਹੋਣ ਤਾਂ ਉਸਨੂੰ ਲੈ ਕੇ ਲਗਾਤਾਰ ਕਿਸਾਨ ਜਿਹੜੇ ਨੇ ਉਹ ਧਰਨਿਆਂ ਉੱਤੇ ਡਟੇ ਹੋਏ ਨੇ। ਤਾਂ ਗੱਲਬਾਤ ਕਰਾਂਗੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ, ਤਾਂ ਸੂਬਾ ਪ੍ਰਧਾਨ ਦਿਲਬਾਗ ਸਿੰਘ ਮੌਜੂਦ ਨੇ, ਗੱਲਬਾਤ ਕਰ ਲੈਂਦੇ ਆ। ਦਿਲਬਾਗ ਜੀ, ਦਿਲਬਾਗ ਜੀ, ਅਕਸਰ ਹੀ ਦੇਖਦੇ ਆ ਕਿਸਾਨ ਚਾਹੇ ਸੜਕਾਂ ਤੇ ਹੋਣ ਜਾਂ ਫਿਰ ਰੇਲਵੇ ਟਰੈਕਾਂ ਤੇ ਹੋਣ, ਤਾਂ ਅੱਜ ਫਿਰ ਕਿਸਾਨ ਰੇਲਵੇ ਟਰੈਕ ਤੇ ਬੈਠੇ ਹੋਏ ਨੇ ਦੇਸ਼ ਭਰ ਦੇ ਵੱਖ ਵੱਖ ਸੂਬਿਆਂ ਦੇ ਵਿੱਚ। ਮਸਲੇ ਉਹੀ ਪੁਰਾਣੇ ਨੇ ਜਾਂ ਫਿਰ ਕੁਝ ਨਵੀਆਂ ਮੰਗਾਂ ਨੇ? ਸਾਡੇ ਦੇਖੋ ਜੀ, ਇੱਕ ਤੇ ਅੱਜ ਦੇ ਦਿਨ 2021 ਦੇ 2-3 ਅਕਤੂਬਰ ਨੂੰ ਲਖੀਮਪੁਰ ਖੀਰੀ ਦੇ ਵਿੱਚ ਜਦੋਂ ਅੰਦੋਲਨ ਚੱਲ ਰਿਹਾ ਸੀ, ਤਾਂ ਅਜੇ ਟੈਣਾ ਮਿਸ਼ਰੀ ਵੱਲੋਂ ਜਿਹੜਾ ਉਹ ਮੰਤਰੀ ਸੀਗਾ ਉਹਦੇ ਮੁੰਡੇ ਵੱਲੋਂ ਉੱਥੇ ਕਿਸਾਨਾਂ ਨੂੰ ਅਤੇ ਨਾਲ ਇੱਕ ਪੱਤਰਕਾਰ ਵੀਰ ਸੀ ਸਾਡਾ, ਉਹਨਾਂ ਦੇ ਜਾਂਦੇ ਪਏ ਸ਼ਾਂਤਮਈ ਪ੍ਰਦਰਸ਼ਨ ਕਰਕੇ ਆਉਂਦੇ ਜਦੋਂ ਉਹਨਾਂ ਦੇ ਉੱਤੋਂ ਦੀ ਗੱਡੀ ਚੜ੍ਹਾ ਕੇ ਉਹਨਾਂ ਨੂੰ ਸ਼ਹੀਦ ਕਰਤਾ ਸੀ। ਔਰ ਨਾ ਉਹਨਾਂ ਨੂੰ ਅੱਜ ਤੱਕ ਮੁਆਵਜ਼ਾ ਮਿਲਿਆ, ਨਾ ਉਹਨਾਂ ਨੂੰ ਨੌਕਰੀਆਂ ਮਿਲੀਆਂ ਨੇ, ਅਤੇ ਜਿਹੜੇ ਇਹ ਦੋਸ਼ੀ ਨੇ ਇਹਨਾਂ ਨੂੰ ਸਜ਼ਾਵਾਂ ਨਹੀਂ ਮਿਲੀਆਂ। ਇਸ ਕਰਕੇ ਸਾਡੇ ਜਿਹੜਾ ਮੋਰਚਾ ਚੱਲ ਰਿਹਾ, ਉਸ ਮੋਰਚੇ ਵੱਲੋਂ ਅੱਜ ਇਹ ਐਲਾਨ ਸੀ ਪੂਰੇ ਭਾਰਤ ਦੇ ਵਿੱਚ ਕਿ 12:30 ਤੋਂ 2:30 ਵਜੇ ਤੱਕ ਜਿਹੜੀਆਂ ਟ੍ਰੇਨਾਂ ਨੇ ਉਹ ਜਾਮ ਰਹਿਣਗੀਆਂ ਪੂਰੇ ਭਾਰਤ ਦੇ ਵਿੱਚ। ਔਰ ਦੂਜੇ ਪਾਸੇ ਜਿਹੜੀਆਂ ਸਾਡੀਆਂ ਮੰਗਾਂ ਨੇ, ਪੈੜੀ ਦਾ ਸੀਜ਼ਨ ਆ, ਪੰਜਾਬ ਸਰਕਾਰ ਉਹ ਅਜੇ ਤੱਕ ਉਹ ਜਿਹੜਾ ਪਿਛਲਾ ਝੋਨਾ ਸੈਲਰਾਂ 'ਚੋਂ ਨਹੀਂ ਚੱਕਿਆ ਗਿਆ, ਉਹਦਾ ਕਰਕੇ ਜਿਹੜਾ ਪੈੜੀ ਦੇ ਸੀਜ਼ਨ ਸਾਨੂੰ ਪ੍ਰੋਬਲਮ ਆਊਗੀ। ਦੂਜੇ ਬੰਨੇ ਸਾਨੂੰ ਖਾਦ ਆ ਜਿਹੜੀ DAP ਉਹ ਨਹੀਂ ਮਿਲ ਰਹੀ, ਕਿਸਾਨਾਂ ਨੇ ਅੱਗੇ ਬਿਜਾਈ ਕਰ ਰਹੀ ਆ, ਇਹ ਆਲੂ ਬੀਜਣਾ, ਕਈ ਕੁਛ ਕਰਨਾ, ਉਹ ਕਰਕੇ ਸਾਨੂੰ ਜਿਹੜੇ ਨਵੀਆਂ ਮੰਗਾਂ ਨੇ ਸਾਡੀਆਂ ਇਹ ਨੇ ਵੀ ਸਰਕਾਰਾਂ ਇਹ ਤੋਂ ਸੁਧਰ ਜਾਣ, ਨਹੀਂ ਤਾਂ ਸਾਨੂੰ ਅੱਗੇ ਵੱਡੇ ਐਲਾਨ ਕਰਨੇ ਪੈਣਗੇ, ਹੋ ਸਕਦਾ ਸਾਨੂੰ ਹਾਈਵੇ ਤੱਕ ਵੀ ਜਾਮ ਕਰਨੇ ਪੈਣ। ਦਿਲਬਾਗ ਸਿੰਘ ਜੀ, ਮੰਗਾਂ ਮੰਨੀਆਂ ਕਿਵੇਂ ਜਾਣਗੀਆਂ, ਮਸਲਾ ਹੱਲ ਕਿਵੇਂ ਹੋਏਗਾ? ਦੇਖੋ ਜੀ, ਸਰਕਾਰ ਐਡੀ ਬੇਸ਼ਰਮੀ 'ਤੇ ਉਤਰੀ ਹੋਈ ਆ ਵੀ ਜਿੰਨਾ ਆਪਾਂ ਸੋਚ ਹੀ ਨਹੀਂ ਸਕਦੇ। ਆਖਿਰਕਾਰ ਮੰਗਾਂ ਮੰਨ ਕੇ ਉਹਨਾਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। 2013 ਤੋਂ ਲੈ ਕੇ ਜਦੋਂ ਇਲੈਕਸ਼ਨ ਦੇ ਵਿੱਚ ਮੋਦੀ ਸਟੇਜਾਂ 'ਤੇ ਬੋਲਦਾ ਸੀ, ਤਾਂ ਉਦੋਂ ਵੀ ਇਹਦੇ ਭਾਸ਼ਣ 'ਚ ਇਹਨਾਂ ਦੇ ਮੈਨੀਫੈਸਟੋ ਦੇ ਵਿੱਚ ਸੀਗਾ, ਔਰ 19 ਦੇ ਵਿੱਚ ਵੀ ਇਹਨਾਂ ਦੇ ਮੈਨੀਫੈਸਟੋ ਸੀਗਾ ਇਹ ਮੰਗਾਂ, ਔਰ 21 ਦੇ ਵਿੱਚ ਲਿਖਤੀ ਦੇ ਕੇ ਗਏ ਨੇ, ਪਰ ਅਜੇ ਤੱਕ ਉਹ ਮੰਨ ਲਈਆਂ ਲਾਗੂ ਨਹੀਂ ਕੀਤੀਆਂ ਗਈਆਂ। ਲਾਗੂ ਕਰਾਉਣ ਲਈ ਇਹ ਸਾਰਾ ਜਿਹੜਾ ਯਤਨ ਚੱਲਦਾ ਪਿਆ ਵੀ ਅੱਜ ਸਾਡੇ ਪੰਜਾਬ ਤੋਂ ਲੈ ਕੇ ਜਿੰਨਾ ਵੀ ਸਾਡਾ ਦੇਸ਼ ਵਾਸੀ ਆ ਉਹ ਸਾਰਿਆਂ ਨੂੰ ਅੱਜ ਜਿਹੜਾ ਬੇਰੁਜ਼ਗਾਰੀ ਦੀ ਮਾਰ ਦੇ ਥੱਲੇ ਜਾ ਕੇ ਕੰਮ ਹੈ ਨਹੀਂ ਗੇ, ਅੱਜ ਗਰੀਬ ਨਾਲ ਹਰ ਥਾਂ ਧੱਕਾ ਹੋ ਰਿਹਾ, ਕਿਤੇ ਕੋਈ ਇਨਸਾਫ਼ ਦੀ ਆਵਾਜ਼ ਨਹੀਂ ਹੈਗੀ, ਔਰ ਸਰਕਾਰਾਂ ਬਿਲਕੁਲ ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਆ, ਮੁਲਾਜ਼ਮ ਵਰਗ ਵੀ ਮਾਰਿਆ ਪਿਆ, ਉਹ ਵੀ ਦਿਹਾੜੀ 'ਤੇ ਆ ਗਿਆ, ਉਹਨਾਂ ਦੇ ਜਿੰਨੇ ਭੱਤੇ ਆ ਸਾਰੇ ਖਤਮ ਕਰਤੇ, ਵਪਾਰੀ ਦਾ ਵਪਾਰ ਖਤਮ ਕਰ ਰਹੇ ਨੇ ਵੱਡੇ ਵੱਡੇ ਮੌਲ ਖੋਲ੍ਹ ਕੇ, ਔਰ ਉਹ ਤੋਂ ਬਾਅਦ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਉਹਨਾਂ ਨੂੰ ਨਿਹੱਥੇ ਕਰ ਰਹੇ ਨੇ, ਉਹ ਕਿਸਾਨ ਮਰ ਗਿਆ ਅਤੇ ਮਜ਼ਦੂਰ ਵੀ ਖਤਮ ਨਾਲ। ਇਸ ਕਰਕੇ ਇਹ ਸਾਰੇ ਵਰਗ ਦੀ ਦੋਸ਼ੀ ਆ ਸਰਕਾਰ, ਔਰ ਅਸੀਂ ਤਾਂ ਇਹਦਾ ਹਰ ਥਾਂ 'ਤੇ ਵਿਰੋਧ ਕਰਦੇ। ਸਰਕਾਰ ਤਾਂ ਇਹ ਕਹਿ ਰਹੀ ਹੈ, ਸਰਕਾਰ ਦੇ ਮੰਤਰੀ ਇਹ ਕਹਿ ਰਹੇ ਨੇ, ਜੋ ਖੇਤੀਬਾੜੀ ਮੰਤਰੀ ਨੇ ਸ਼ਿਵਰਾਜ ਸਿੰਘ ਚੌਹਾਨ, ਉਹ ਕਹਿੰਦੇ ਮੈਂ ਹਰ ਮੰਗਲਵਾਰ ਮੀਟਿੰਗ ਕਰਦਾ ਕਿਸਾਨ ਨੁਮਾਇੰਦੇ ਦੇ ਨਾਲ, ਤਾਂ ਬਹੁਤ ਸਾਰੇ ਕਿਸਾਨ ਜਿਹੜੇ ਨੇ ਭਾਜਪਾ ਦੇ ਹੱਕ ਦੇ ਵਿੱਚ ਨੇ। ਨਹੀਂ ਜੀ,
ਅਸੀਂ ਇਹ ਤਸਵੀਰਾਂ ਦੇਖੀਆਂ ਨੇ ਜਿਹੜੇ ਉਹ ਪਿਛਲੇ ਮੰਗਲਵਾਰ ਜਿਹੜੀ ਉਹਨਾਂ ਨੇ ਮੀਟਿੰਗ ਕੀਤੀ ਆ ਸ਼ਿਵਰਾਜ ਚੌਹਾਨ ਜੀ ਨੇ, ਉਹ ਉਹਨਾਂ ਦੇ ਆਪਣੇ ਕਿਸਾਨ ਨੇ, ਉਹਨਾਂ ਦੇ ਆਪਣੇ ਪਾਰਟੀ ਦੇ ਵਰਕਰ ਨੇ, ਉਹਨਾਂ ਨੂੰ ਹੀ ਕਿਸਾਨ, ਕਿਉਂਕਿ ਕਿਸਾਨ ਕੋਈ ਅਲੱਗ ਨਿੱਕ ਹੈ, ਕਿਸਾਨ ਹਰ ਪਾਰਟੀ ਨਾਲ ਜੁੜਿਆ, ਕਿਸਾਨ BJP ਨਾਲ ਵੀ ਜੁੜਿਆ, ਕਿਸਾਨ ਕਾਂਗਰਸ ਨਾਲ ਵੀ ਜੁੜਿਆ, ਅਕਾਲੀਆਂ ਨਾਲ ਵੀ ਜੁੜਿਆ, ਹਰੇਕ ਨਾਲ, ਕਿਸਾਨ ਮਜ਼ਦੂਰ ਹਰੇਕ ਨਾਲ ਜੁੜਿਆ। ਉਹ ਫਿਰ ਜਦੋਂ ਆਪਣਿਆਂ ਨੂੰ ਜਿਹੜੇ ਸੰਘਰਸ਼ ਆ, ਜਿਹੜੇ ਸੰਘਰਸ਼ੀ ਨੇ, ਉਹਨਾਂ ਨੂੰ ਨਹੀਂ ਬੁਲਾ ਰਹੀ ਕਿਸੇ ਨੂੰ ਵੀ, ਜਿਹੜੇ ਉਹਨਾਂ ਦੇ ਆਪਣੇ ਕਿਸਾਨ ਨੇ ਉਹਨਾਂ ਨੂੰ ਖੜ੍ਹੇ ਕਰਕੇ ਉੱਥੋਂ ਕਹਿ ਦਿੰਦੇ ਜੀ ਅਸੀਂ ਮੀਟਿੰਗਾਂ ਕਰਦੇ ਹਾਂ। ਇਹ ਮੀਟਿੰਗਾਂ ਨਹੀਂ, ਮੀਟਿੰਗਾਂ ਉਹ ਆ ਜਿਹੜੀਆਂ ਸੰਘਰਸ਼ ਕਰਨ ਵਾਲਿਆਂ ਦੇ ਨਾਲ। ਕੀ ਅਸੀਂ ਇਹ ਵੀ ਗੱਲ ਕਹਿੰਦੇ ਹਾਂ ਵੀ ਜਿਹੜੇ ਕਿਸਾਨ ਉੱਥੇ ਮੀਟਿੰਗਾਂ ਕਰਨ ਜਾਂਦੇ ਨੇ, ਕੀ ਇਹ ਦੱਸਣ ਵੀ ਇਹਨਾਂ ਨੂੰ ਇਹ ਸਾਰੇ ਹੱਕ ਮਿਲ ਗਏ ਆ ਜਿਹੜੇ ਅਸੀਂ ਮੰਗਦੇ ਹਾਂ? ਜੇ ਤਾਂ ਇਹਨਾਂ ਨੂੰ ਮਿਲ ਗਏ ਨੇ ਫਿਰ ਤਾਂ ਨਾਅਰੇ ਲਾਉਣ BJP ਦੇ। ਜੇ ਇਹਨਾਂ ਨੂੰ ਇਹ ਹੱਕ ਹੀ ਨਹੀਂ ਮਿਲੇ, ਇਹ ਕਿਉਂ ਲੋਕਾਂ ਨੂੰ ਗੁੰਮਰਾਹ ਕਰਦੇ ਨੇ, ਕਿਉਂ ਲੋਕਾਂ ਦੇ ਜੜ੍ਹਾਂ 'ਚ ਬੈਠੀ ਜਾਂਦੇ ਨੇ ਜਾਅਲੀ ਮੀਟਿੰਗਾਂ ਕਰ ਕਰਕੇ? ਇਹ ਜਾਅਲੀ ਮੀਟਿੰਗਾਂ ਕਰ ਰਹੇ ਨੇ ਸਾਰੀਆਂ। ਜਿੱਦਣ ਸ਼ਿਵਰਾਜ ਚੌਹਾਨ ਅਸਲੀ ਮੀਟਿੰਗ ਸੱਦੂਗਾ ਨਾ, ਉਦਣ ਪਤਾ ਲੱਗ ਜੂ ਵੀ ਅੱਜ ਡੈਲੀਗੇਟ ਗਿਆ ਔਰ ਕੀ ਸਿੱਟਾ ਨਿਕਲਦਾ। ਤਾਂ ਉਦਣ ਸੁਨੇਹਾ ਕੀ ਦੇਣਾ ਚਾਹੋਗੇ ਕੇਂਦਰ ਤੋਂ ਜਾਂ ਫਿਰ ਕੇਂਦਰ ਦੀ ਸਰਕਾਰ ਦੇ ਨੁਮਾਇੰਦਿਆਂ ਨੂੰ? ਅਸੀਂ ਸੁਨੇਹਾ ਦਿੰਦੇ ਹਾਂ ਵੀ ਜਿਹੜੀਆਂ ਸਾਡੀ MSP ਦਾ ਗਰੰਟੀ ਕਾਨੂੰਨ, ਕਿਸਾਨ ਮਜ਼ਦੂਰ ਦਾ ਕਰਜ਼ਾ ਮਾਫ਼ੀ, ਸਵਾਮੀਨਾਥਨ ਦੀ ਜਿਹੜੀ ਰਿਪੋਰਟ ਆ ਉਹਦਾ ਜਿਹੜਾ ਫਾਰਮੂਲਾ C2+50 ਵਾਲਾ ਉਹਨੂੰ, ਔਰ ਜਿਹੜਾ ਸਾਡਾ ਮਜ਼ਦੂਰ ਵਰਗ ਆ ਉਹਦੇ ਲਈ ਜਿਹੜੀ ਨਰੇਗਾ ਵਾ, ਨਰੇਗਾ ਦੇ ਵਿੱਚ 200 ਦਿਨ ਦਿਹਾੜੀ 700 ਰੁਪਈਆ, ਇਹ ਜਿਹੜੀਆਂ ਮੰਗਾਂ ਸਾਡੀਆਂ ਅਹਿਮ ਨੇ, ਇਹਨਾਂ ਨੂੰ ਮੰਨੀਆਂ ਹੋਈਆਂ ਨੇ, ਇਹਨਾਂ ਨੂੰ ਸਰਕਾਰ ਲਾਗੂ ਕਰੇ, ਚਾਹੇ ਉਹ ਟੇਬਲ ਟੋਕ ਕਰਕੇ ਕਰ ਲਏ, ਚਾਹੇ ਐਂ ਲਾਗੂ ਕਰਦੇ, ਅਸੀਂ ਤਾਂ ਵੀ ਉੱਠ ਕੇ ਆ ਜਾਵਾਂਗੇ। ਸਾਨੂੰ ਕੋਈ ਸੜਕਾਂ 'ਤੇ ਬੈਠਣ ਦਾ, ਮੀਂਹ ਹਨੇਰੀ ਧੁੱਪ ਝੱਖੜ ਹਰੇਕ ਜਗ੍ਹਾ, ਉੱਥੇ ਜਾ ਕੇ ਦੇਖੋ ਕਿਹੜਾ ਕਿਹੜਾ ਮੱਛਰ ਆ, ਅਸੀਂ ਉੱਥੇ ਬੈਠੇ ਹਾਂ, ਘਰ ਬਾਹਰ ਛੱਡ ਕੇ ਬੈਠੇ ਆਪਣੇ, ਸਾਨੂੰ ਕੋਈ ਸ਼ੌਂਕ ਨਹੀਂ ਹੈਗਾ। ਸਰਕਾਰ ਸਾਡੀਆਂ ਮੰਗਾਂ ਪੂਰੀਆਂ ਕਰੇ, ਅੱਜ MSP ਗਰੰਟੀ ਕਾਨੂੰਨ ਦੀ ਪੂਰੇ ਦੇਸ਼ ਨੂੰ ਲੋੜ ਆ। ਕਿਉਂਕਿ ਤੁਹਾਨੂੰ ਉਹਦੇ ਛੋਟੀ ਜਿਹੀ ਉਦਾਹਰਨ ਦੇ ਦਿੰਦੇ ਹਾਂ ਵੀ ਅੱਜ ਜਿਹੜੀ 3 ਫਸਲਾਂ 'ਤੇ ਸਾਨੂੰ ਇੱਥੇ 4 ਫਸਲਾਂ 'ਤੇ ਮਿਲ ਰਹੀ ਆ, ਇਹ ਗਰੰਟੀ ਕਾਨੂੰਨ ਨਹੀਂ ਹੈਗਾ, ਇਹ MSP ਮਿਲ ਰਹੀ ਆ। ਜੇ ਕਿਤੇ ਪਿਆਜ਼ ਜਾਂ ਸਬਜ਼ੀਆਂ 'ਤੇ ਮਿਲੇ, ਅੱਜ ਪਿਆਜ਼ ਨਾਸਿਕ ਤੋਂ 2 ਰੁਪਈਏ ਚੱਕਦੇ ਆ, ਪਬਲਿਕ ਨੂੰ 100 ਰੁਪਈਏ ਦਿੰਦੇ ਆ, 2 ਰੁਪਈਏ ਕਿਸਾਨ ਤੋਂ ਲੈ ਕੇ ਪਬਲਿਕ ਨੂੰ 100 ਰੁਪਈਏ ਦਿੰਦੇ ਆ, ਜਿਹੜਾ 98 ਰੁਪਈਏ ਆ ਉਹ ਵਿਚਲਾ ਵਪਾਰੀ ਕਮਾ ਰਿਹਾ। ਜੇ ਇਹੀ ਪਿਆਜ਼ ਦੀ ਕੀਮਤ ਉੱਥੇ 15 ਰੁਪਈਏ ਤੈਅ ਕਰ ਦੇਣਾ ਅਤੇ ਮਾਰਕੀਟ 'ਚ 25 ਰੁਪਈਏ ਹੋ ਜਾਵੇ, 75 ਰੁਪਈਏ ਆਮ ਜਨਤਾ 'ਤੇ ਬਚਣੇ ਆ। ਅਸੀਂ ਕਹਿੰਦੇ ਹਾਂ ਵੀ ਜਨਤਾ ਨੂੰ ਜ਼ਿਆਦਾ ਫਾਇਦਾ MSP ਦੇ ਵਿੱਚ। ਇਹ ਲੜਾਈ ਕਿਸਾਨਾਂ ਦੀ ਨਹੀਂ ਗੀ, ਇਹ ਆਮ ਜਨਤਾ ਦੀ ਲੜਾਈ ਆ ਜਿਹੜੀ ਕਿਸਾਨ ਲੜ ਰਹੇ ਨੇ, ਔਰ ਜਨਤਾ ਨੂੰ ਖੁੱਲ੍ਹ ਕੇ ਇਹਦੇ ਸਾਡੇ ਨਾਲ ਆਉਣਾ ਚਾਹੀਦਾ। ਇਹ ਗੱਲ ਨੂੰ ਸਮਝੋ, ਜੇ ਤੁਸੀਂ ਕੰਟਰੋਲ ਰੇਟ 'ਤੇ ਚੀਜ਼ਾਂ ਲੈਣੀਆਂ ਜਾਂ ਸਮਾਨ ਕੋਈ ਲੈਣਾ ਤਾਂ ਤੁਹਾਨੂੰ ਇਹ MSP ਦੀ ਮੰਗ ਹਰੇਕ ਵਿਅਕਤੀ ਨੂੰ ਕਰਨੀ ਪੈਣੀ ਜਿਹੜਾ ਰੋਟੀ ਖਾਂਦਾ ਵਾ। ਬਿਲਕੁਲ ਕਿਹਾ ਜਾ ਰਿਹਾ ਕਿ ਇਹ ਮੰਗਾਂ ਕਿਸਾਨਾਂ ਦੀਆਂ ਨਹੀਂ ਬਲਕਿ ਆਮ ਲੋਕਾਂ ਨਾਲ ਜੁੜੀ ਹੋਈਆਂ। ਅਤੇ ਇੱਕ ਵਾਰ ਮੈਂ ਆਪਣੇ ਸਹਿਯੋਗੀ ਸਲਮਾਨਵਾ ਤਸਵੀਰਾਂ ਜ਼ਰੂਰ ਦਿਖਾਈਆਂ ਜਾਣ ਕਿ ਰੇਲਵੇ ਟਰੈਕ ਦੇ ਉੱਤੇ ਕਿਸਾਨ ਲਗਾਤਾਰ ਡਟੇ ਹੋਏ ਨੇ ਤਾਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਉਹ ਕੀਤਾ ਜਾ ਰਿਹਾ। ਤਾਂ ਅੱਜ 2.5 ਘੰਟੇ ਦੇ ਲਈ ਰੇਲ ਦਾ ਜਿਹੜਾ ਚੱਕਾ ਜਾਮ ਆ ਉਹ ਕੀਤਾ ਗਿਆ। ਤਾਂ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਕਿਸਾਨ ਰੇਲਵੇ ਟਰੈਕਾਂ ਦੇ ਉੱਤੇ ਨਜ਼ਰ ਆ ਰਹੇ ਨੇ, ਚਾਹੇ MSP ਦਾ ਮਸਲਾ ਹੋਵੇ, ਸਵਾਮੀਨਾਥਨ ਰਿਪੋਰਟ ਦੀ ਗੱਲ ਕੀਤੀ ਜਾਵੇ ਜਾਂ ਫਿਰ ਲਖੀਮਪੁਰ ਖੇੜੀ ਦੇ ਇਨਸਾਫ ਦੀ ਗੱਲ ਕੀਤੀ ਜਾਵੇ। ਤਾਂ ਲਗਾਤਾਰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਤਾਂ ਕਿਸਾਨੀ ਕਰਜ਼ੇ ਦੇ ਵੀ ਕਿਹਾ ਜਾ ਰਿਹਾ ਕਿ ਕਿਸਾਨਾਂ ਦਾ ਕਰਜ਼ਾ ਉਹ ਵੀ ਜਿਹੜਾ ਮਾਫ਼ ਕੀਤਾ ਜਾਵੇ। ਤਾਂ ਕਿਸਾਨ ਲਗਾਤਾਰ ਰੇਲਵੇ ਟਰੈਕ ਦੇ ਉੱਤੇ ਡਟੇ ਹੋਏ ਨੇ, ਤਾਂ ਕੇਂਦਰ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਹੈ ਉਹ ਵੀ ਕੀਤੀ ਜਾ ਰਹੀ ਹੈ। ਤਾਂ ਅੱਜ
ਜੋ ਲੋਕ ਰੇਲਾਂ ਦੇ ਸਫ਼ਰ ਕਰਦੇ ਨੇ ਉਹਨਾਂ ਨੂੰ ਖੱਜਲ ਖਵਾਈ ਦਾ ਵੀ ਸਾਹਮਣਾ ਕਰਨਾ ਪੈ ਸਕਦਾ, ਕਿਉਂਕਿ 2.5 ਘੰਟੇ ਦੇ ਲਈ ਰੇਲ ਦਾ ਜਿਹੜਾ ਕਿ ਚੱਕਾ ਜਾਮ ਹੈ ਉਹ ਕਿਸਾਨਾਂ ਦੇ ਵੱਲੋਂ ਕੀਤਾ ਗਿਆ। ਕੈਮਰਾ ਪਰਸਨ ਸਲਮਾਨ ਨਾਲ ਹਿੰਮਤ ਸਿੰਘ ਦੀਪਾਲ, ਦੈਨਿਕ ਸਵੇਰਾ, ਸਾਹਨੇਵਾਲ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।